सत श्री अकाल, तुसी लोकरण चैनल पंजाबी देख रहे हो। मैं तुहाडे नाल सुखविंदर सिंह। किसानी अंदोलन दे विचाले पूरे देश विच हुणे गल निकल के जिहड़ी सामने आ रही है कि आखिरकार कारपोरेट घराणियां दे नाल सरकार नूं इन्ना प्यार क्यों है, क्यों अडानी ते अंबानी दी पिट दे उत्ते थापड़ा दे के उहनूं देश दे विच जिहड़ा वड्डे सरमाएदार बनाया जा रहा है, क्यों जिहड़ा किसानी नूं मारन दी कोशिश, व्यापारियों नूं मारन दी कोशिश, जदों जाके जीएसटी दे तरले करने पैंदे ने तां कल नूं किते इह ना होवे कि खेती कानूनां नूं लैके भी जाके केंद्र दे तरले कढ़ने पैण। इहो जिहे कई शंके जिहड़े किसानां दे विच ने, आम लोकां दे विच ने, सब दे उत्ते गलबात करांगे। तुसीं केंद्रीय खेतीबाड़ी मंत्री नरेंद्र तोमर नूं भी सुणिया होणा, उह वार वार अपील कर रहे ने किसानां नूं कि प्रस्ताव नूं दुबारा पढ़ो, उस उत्ते नज़र मारो, सरकार तुहाडे हित विच है। पर किसान जिहड़े ने उह अपनी मंग दे उत्ते अड़े हुए ने कि खेती कानून रद्द करो। साडे नाल सियासी मार प्रोफेसर मनजीत सिंह मौजूद ने। प्रोफेसर साहब, तुहाडा स्वागत है लोकरण ते। बहुत बहुत धन्यवाद जी। जी प्रोफेसर साहब, किस तरह देखते हो, मैं कारपोरेट घराणियां दी गल पहले क्लीयर करो थोड़ा जा कि इन्ना प्यार क्यों, इन्ना निग क्यों दिता जांदा है कारपोरेट घराणियां नूं? देखो, दो एजेंडे बीजेपी दे हैगे जिहड़े पिछले 6 सालां तों लागू कर रहे आ। एक ते उहनां दा हैगा पोलिटिकल, दूजा हैगा आर्थिक, और दोवें जुड़े हुए आ। उह कारपोरेटां तों जिहड़े उहनां ने एक्ट अमेंडमेंट करके कि तुसीं गुप्त दान कर सकदे आ, बॉन्ड खरीद सकदे आ, उह गां कैश हो सकदे आ, सीधा पार्टी नूं जाणगे। पार्टियां नूं फंड कित्थों कित्थों आउंदा उह आरटीआई दे अंदर नहीं पुछिया जा सकदा। क्यों भई इह अलग क्यों आ? ये सरकारी पांच पांच पेंशनां लैण वाले हर पंजां सालां दे विच इन्हां दी टर्म पूरी हो जांदी है, और जे कई ते दो दिन भी ज्वाइन कर लैण फुल पेंशन लैंदे। कदी इह दुनिया च सुणिया? अपने ढिड भरन लई पॉलिटिशियनां ने इहो जिहे कानून बना ले है। और दूजिआं नूं जिहड़ी आ पेंशन, उह 10-10 महीने, 5-5 महीने पेंशन की तनखाहां नहीं मिल रहीआं। बिल्कुल बिल्कुल, इह जिहड़े बंदे आ इन्हां ने सारे दा सारा जिहड़ा अख मटका इन्हां दा चलदा कारपोरेटां नाल, असल च ਉਹਨਾਂ ਦੇ ਹੀ ਚਹੇਤੇ ਹੈ, ਉਹਨਾਂ ਦੇ ਹੀ, ਮੈਂ ਇਹ ਤੇ ਕਹੂੰਗਾ ਕਿ ਉਹਨਾਂ ਦੇ ਜਾਣੀ ਜਿਸ ਤਰ੍ਹਾਂ ਥੱਲੇ ਲੱਗੇ ਹੋਏ ਆ, ਜਿਸ ਤਰ੍ਹਾਂ ਕੋਈ ਕਿਸੇ ਦਾ ਪੋਲੀਟੀਸ਼ੀਅਨ ਦੇ ਥੱਲੇ ਅਫਸਰ ਹੁੰਦਾ ਆ, ਉਸ ਕਿਸਮ ਦਾ ਇਹਨਾਂ ਦਾ ਬਿਹੇਵੀਅਰ ਆ। ਇਹ ਦੇ ਆਰ ਨਾਟ ਐਟ ਏ ਡਿਕਟੇਟਿੰਗ ਟਰਮਸ, ਇਹ ਕਮਾਂਡ ਨਹੀਂ ਕਰਦੀ ਪੋਲੀਟਿਕਸ, ਇੱਥੇ ਕਾਰਪੋਰੇਟ ਕਮਾਂਡ ਕਰ ਰਹੇ ਆ। ਇਹ ਮਿਡਲਮੈਨ ਹੈਗੇ ਆ, ਜਿਹੜੇ ਕਿਸਾਨਾਂ ਨੂੰ ਮਿਡਲਮੈਨ ਕਹਿੰਦੇ ਸੀ, ਇਹ ਵਿੱਚ ਦਲਾਲੀ ਦਾ ਕੰਮ ਕਰਦੇ ਆ ਕਿ ਸਾਨੂੰ ਇੰਨਾ ਪੈਸਾ ਦੇ ਦਿਓ, ਅਸੀਂ ਇਹ ਪੈਸਾ ਖਰਚ ਕੇ ਸਰਕਾਰ ਬਣਾਵਾਂਗੇ, ਫਿਰ ਤੁਸੀਂ ਤੁਹਾਡੀ ਜਿਹੜੀਆਂ ਪੌਂ 12 ਜਾਣੀ, ਫਿਰ ਜਿੰਨਾ ਵੀ ਜੋ ਵੀ ਤੁਹਾਨੂੰ ਚਾਹੀਦਾ ਦੋਹੀਂ ਹੱਥੀਂ ਲੁੱਟਿਓ, ਜੇ ਤੁਸੀਂ ਹੋਰ ਹੱਥ ਵੱਧ ਉਦੋਂ ਤੱਕ ਵਧਾ ਸਕਦੇ ਆ ਤੇ ਉਹ ਵੀ ਹੱਥ ਵਿੱਚ ਜੋੜ ਲਿਓ ਲੁੱਟਣ ਲਈ। ਇਹ ਜਿਹੜਾ ਹੁਣ ਦਾ ਸਾਰਾ ਰੌਲਾ ਐਡਾ ਵੱਡਾ ਪਿਆ, ਉਹਦਾ ਪੈਣ ਦਾ ਕਾਰਨ ਇਹ ਆ ਕਿ ਜਿਹੜਾ ਦੇਸ਼ ਦਾ ਚੌਕੀਦਾਰ, ਜਿਹੜੀ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਦੇ ਵਿੱਚ ਅਸੀਂ ਭੇਜਿਆ ਸੀ, ਉਹ ਪਿਛਲੇ ਪਾਸਿਓਂ ਜਿਹੜਾ ਬੈਕਡੋਰ ਆ ਉੱਥੇ ਵੜ ਕੇ ਚੋਰੀ ਕਰਦਾ ਫੜਿਆ ਗਿਆ। ਅਸਲੀ ਆ ਆ ਪ੍ਰੋਬਲਮ ਸਾਰੀ, ਹੋਰ ਕੋਈ ਨਹੀਂ ਆ। ਔਰ ਲੋਕਾਂ ਨੇ ਉਹ ਇੱਕ ਵਾਰੀ ਦੋ ਵਾਰੀ ਤੇ ਨਿਕਲ ਗਿਆ, ਕਿਤੇ ਨਹੀਂ ਫੜਿਆ ਗਿਆ, ਜਦੋਂ ਤੀਜੀ ਵਾਰੀ ਕਰਨ ਲੱਗਾ ਤਾਂ ਉਹਨਾਂ ਨੇ ਫੱਟ ਲੋਕਾਂ ਨੇ ਫੜ ਲਿਆ, ਉਹ ਚੌਕੀਦਾਰ, ਉਹ ਚੌਕੀਦਾਰ, ਚੌਕੀਦਾਰ ਫੜੋ, ਉਹ ਰੌਲਾ ਪੈ ਗਿਆ। ਹੁਣ ਰੌਲਾ ਇੰਨਾ ਪੈ ਗਿਆ ਕਿ ਕਿਸੇ ਦੇ ਵੱਸ ਦਾ ਨਹੀਂ, ਹੁਣ ਜੋ ਲਿੱਲੜੀਆਂ ਕੱਢਦੇ ਫਿਰਦੇ ਆ, ਮਿੰਤਾਂ ਕਰਦੇ ਫਿਰਦੇ ਲੋਕਾਂ ਦੀਆਂ, ਕਿ ਕਦੀ ਕਿਸਾਨਾਂ ਦੀਆਂ, ਕਦੀ ਪ੍ਰੈਸ ਕਾਨਫਰੰਸਾਂ ਕਰਦੇ ਆ ਕਿ ਸਾਨੂੰ ਬਚਾਓ, ਸਾਡੇ ਕੋਲ ਗਲਤੀ ਹੋ ਗਈ। ਗਲਤੀ ਹੋ ਗਈ ਤਾਂ ਮੰਨ ਲਓ, ਗਾਂ ਤੋਂ ਤੁਸੀਂ ਚੌਕੀਦਾਰਾ ਕੰਮ ਕਰੋ। ਲੋਕਾਂ ਦੇ ਦਿਲ ਬੜੇ ਵਿਸ਼ਾਲ ਹੁੰਦੇ ਆ, ਉਹ ਵਿੰਡਿਕਟਿਵ ਨਹੀਂ ਹੈ, ਉਹ ਅਗਲੇ ਦਿਨ ਤੁਹਾਡੀ ਜੈ ਜੈਕਾਰ ਕਰਦੇ ਵਾਪਸ ਚਲੇ ਜਾਣਗੇ। ਤੁਸੀਂ ਜੋ ਫੜੇ ਗਏ ਆ, ਫੜ ਲਿਆ ਲੋਕਾਂ ਨੇ ਤੁਹਾਨੂੰ ਬੜੇ ਬੁਰੇ ਤਰੀਕੇ ਨਾਲ, ਪਰ ਅੱਜ ਵੀ ਪਿਊਸ਼ ਗੋਇਲ, ਤੋਮਰ ਜੋ ਭਾਸ਼ਾ ਵਰਤ ਰਹੇ ਆ, ਕਿਹੜੀ ਗੱਲ ਨਵੀਂ ਆ? ਤਿੰਨਾਂ ਮਹੀਨਿਆਂ 'ਚ ਇਹਨਾਂ ਦੇ ਕੋਈ ਤੇਵਰ ਨਹੀਂ ਬਦਲੇ, ਉਹੋ ਹੀ ਗੱਲਾਂ ਵਾਰ ਵਾਰ, ਉਹੋ ਹੀ ਗੱਲਾਂ ਵਾਰ ਵਾਰ। ਤੁਸੀਂ ਕਾਨੂੰਨ ਜਦ ਤੱਕ ਹੈਗੇ ਆ, ਤੁਸੀਂ ਬਾਕੀ ਗੱਲਾਂ ਅਸੀਂ ਲਿਖ ਕੇ ਦੇ ਦਿੰਦੇ ਹਾਂ, ਕੱਲ੍ਹ ਨੂੰ ਇਹ ਸਰਕਾਰ ਚੱਲ ਜਾਊਗੀ ਤੇ ਕਿਹਦੀ ਮਾਂ ਨੂੰ ਮਾਸੀ ਕਹਿਣਗੇ ਕਿਸਾਨ? ਇਹ ਇੰਨੇ ਜ਼ਿਆਦਾ ਕਾਰਪੋਰੇਟਾਂ ਦੇ ਦਬਾਅ ਥੱਲੇ ਆ ਕਿ ਅਸਲੀ ਲੋਇਲਟੀ, ਜਿਹੜੀ ਵਫਾਦਾਰੀ ਆ ਇਹਨਾਂ ਦੀ, ਜਾਂ ਜਿਸ ਨੂੰ ਇਹ ਜਵਾਬਦੇਹ ਸਮਝਦੇ ਆ, ਉਹ ਕਾਰਪੋਰੇਟਾਂ ਨੂੰ ਸਮਝਦੇ ਆ। ਔਰ ਇੱਕ ਕਿਹੜੀ ਕੋਇਨਸੀਡੈਂਸ ਸਮਝ ਲਓ, ਜਾਂ ਰੱਬੋਂ ਕੋਈ ਇਹਨਾਂ ਦੀ ਪਲੈਨਿੰਗ ਸਮਝ ਲਓ, ਪਤਾ ਨਹੀਂ। ਦੋ ਬੰਦੇ ਆ ਗੁਜਰਾਤੀ ਭਾਈ, ਦੋਵੇਂ ਸਭ ਤੋਂ ਵੱਧ ਪਾਵਰਫੁੱਲ ਆ, ਨੰਬਰ 1 ਨੰਬਰ 2, ਮੈਨੂੰ ਕਹਿਣ ਦੀ ਲੋੜ ਨਹੀਂ, ਤੁਸੀਂ ਸਮਝ ਗਏ, ਸਾਰੀ ਦੁਨੀਆ ਸਮਝਦੀ ਆ। ਚੌਕੀਦਾਰ, ਚੌਕੀਦਾਰ ਇੱਕ ਤੇ ਦੂਜਾ ਉਹਦਾ ਅਸਿਸਟੈਂਟ ਚੌਕੀਦਾਰ, ਇਹ ਦੋਵੇਂ ਹੀ ਬੰਦੇ ਜਿਹੜੇ ਆ, ਇਹਨਾਂ ਨੇ ਦੋ ਬੰਦੇ ਹੋਰ ਕਾਰਪੋਰੇਟ ਜੋੜ ਲਏ, ਅਦਾਨੀ ਅੰਬਾਨੀ, ਉਹ ਵੀ ਉੱਥੋਂ ਦੇ ਹੀ।
ਇਸ ਕਰਕੇ ਇਹਨਾਂ ਰਲ ਕੇ ਮੈਨੂੰ ਲੱਗਦਾ ਜਦੋਂ ਚੀਫ ਮਿਨਿਸਟਰ ਸੀਗੇ ਮੋਦੀ ਜੀ ਉੱਥੇ ਕਾਫੀ 10-12 ਸਾਲ ਚੀਫ ਮਿਨਿਸਟਰ ਰਹੇ ਆ, ਤੁਹਾਨੂੰ ਪਤਾ ਹੀ ਆ ਜਿਵੇਂ ਚੀਫ ਮਿਨਿਸਟਰ ਬਣੇ ਸੀ ਗੋਦਰੇ ਵਿੱਚ ਲਾਸ਼ਾਂ ਵਿਛਾ ਕੇ ਉਹਦੇ 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 ਪੁਲ ਬਣਾ ਕੇ ਸੱਤਾ 'ਚ ਆਏ ਸੀ। ਇਹ ਜਿਹੜੀਆਂ ਉੱਥੇ ਜਦੋਂ ਇਹ ਸੁਖਵਿੰਦਰ ਬਣ ਗਏ, ਇਹ ਪ੍ਰੋਬਲਮ ਜਾਂ ਇਹ ਜਿਹੜੀ ਵੀ ਕਾਂਸਪੀਰੇਸੀ ਆ, ਜਿਹੜੀ ਸਾਜਿਸ਼ ਆ, ਉੱਥੇ ਹੀ ਹੈਚ ਹੋਈ ਲੱਗਦੀ ਆ ਕਿ ਤੂੰ ਬੰਦਾ ਬੜਾ ਵਧੀਆ। ਚੀਫ ਮਿਨਿਸਟਰ ਨੂੰ ਕਿਹਾ ਹੋਊਗਾ ਇਹਨਾਂ ਲੋਕਾਂ ਨੇ ਕਿ ਅਸੀਂ ਤੈਨੂੰ ਖੁੱਲ੍ਹੇ ਗੱਫੇ ਦਿੰਦੇ ਹਾਂ, ਤੂੰ ਇੱਕ ਵਾਰੀ ਦਿੱਲੀ ਦੀ ਸਰਕਾਰ 'ਤੇ ਇਹ ਕਰੀ ਕਬਜ਼ਾ ਕਰ ਲਾ। ਉਹ ਕਰ ਲਿਆ, ਹੁਣ ਉਹ ਹੀ ਜਿਹੜੀ ਆ ਲਾਇਲਟੀ ਵਫਾਦਾਰੀ ਨਿਭਾਈ ਜਾ ਰਹੀ ਹੈ ਲੋਕਾਂ ਨੂੰ, ਅਤੇ ਜਾਣੀ ਬਿਲਕੁਲ ਜੋ ਨਿਰਾ ਹੀ ਪਿਓਰ ਝੂਠ ਉਹ ਵੰਡਿਆ ਜਾ ਰਿਹਾ। ਪਰ ਚੰਗੀ ਗੱਲ ਇਹ ਕਿ ਲੋਕਾਂ ਦੀ ਸਮਝਦਾਰੀ ਦੇ ਨਾਲ ਉਹਨਾਂ ਨੇ ਬੜਾ ਵੇਲੇ ਸਿਰ ਫੜ ਲਿਆ। ਪ੍ਰੋਫੈਸਰ ਸਾਹਿਬ, ਤੁਸੀਂ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਕਿ ਅੰਬਾਨੀ ਪਰਿਵਾਰ ਦੇ ਨਾਲ ਕੈਪਟਨ ਸਾਹਿਬ ਦੀਆਂ ਤਸਵੀਰਾਂ, ਬਾਦਲਾਂ ਦੀਆਂ ਤਸਵੀਰਾਂ, ਪੰਜਾਬ ਦੇ ਵਿੱਚ ਕਾਰਪੋਰੇਟ ਦੀ ਐਂਟਰੀ ਹੋਣਾ, ਇਹਨੂੰ ਸਾਰੇ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਕੋਈ ਇੱਥੇ ਦੁੱਧ ਦਾ ਧੋਤਾ ਨਹੀਂ। ਇਸੇ ਕਰਕੇ ਜੇ ਤੁਸੀਂ ਕਿਸਾਨਾਂ ਦਾ ਗੁੱਸਾ ਦੇਖੋ ਤੇ ਉਹ ਕਿਤੇ ਏ ਬੀ ਸੀ ਡੀ ਪਾਰਟੀ ਵਿਰੁੱਧ ਨਹੀਂ ਹੈ, ਉਹ ਪੂਰੀ ਰਾਜਨੀਤਿਕ ਜਮਾਤ ਦੇ ਵਿਰੁੱਧ ਆ। ਕਿਸੇ ਵਿਰੁੱਧ ਜ਼ਿਆਦਾ ਤਿੱਖਾ ਹੋ ਸਕਦਾ, ਕਿਸੇ ਵਿਰੁੱਧ ਘੱਟ ਹੋ ਸਕਦਾ, ਪਰ ਉਹ ਕਿਸੇ ਦੇ ਵੀ ਸੋਹਲੇ ਨਹੀਂ ਗਾ ਰਹੇ, ਕਿਸੇ ਦੇ ਵੀ ਗੁਣਗਾਇਨ ਨਹੀਂ ਕਰ ਰਹੇ ਕਿ ਆਹ ਬਹੁਤ ਚੰਗਾ ਇਸ ਕਰਕੇ ਇਹ ਤੇ ਸਾਡੀ ਰੈਲੀ 'ਚ ਆ ਜਾਏ ਸਟੇਜ 'ਤੇ, ਬਾਕੀ ਦੇ ਨਾ ਆਉਣ। ਉਹ ਸਾਰਿਆਂ ਨੂੰ ਹੀ 100-100 ਗਜ਼ ਦੂਰ ਰੱਖ ਰਹੇ ਵੀ ਲਾਗੋਂ ਦੀ ਹਵਾ ਵੀ ਨਾ ਉਹਨਾਂ ਦੀ ਕਿਤੇ ਇਹਨਾਂ ਦੇ ਨੱਕ 'ਚ ਚਲੇ ਜਾਏ। ਕਾਰਨ ਇਹੀ ਹੈ ਕਿ ਜਿਹੜਾ ਤੁਸੀਂ ਕਹਿ ਰਹੇ ਹਾਂ, ਕੋਈ ਘੱਟ ਕਰਦਾ, ਕੋਈ ਵੱਧ ਕਰਦਾ, ਕੋਈ ਖੁਦ ਕਾਰਪੋਰੇਟ ਬਣਨ ਦੀ ਕੋਸ਼ਿਸ਼ ਕਰਦਾ, ਕੋਈ ਕਾਰਪੋਰੇਟਾਂ ਦੀ ਮਦਦ ਕਰਕੇ ਪੈਸਾ ਆਪਣਾ ਢਿੱਡ ਭਰਦਾ, ਕੋਈ ਪਰਿਵਾਰ ਪਾਲ ਰਿਹਾ ਕੁਛ। ਇਹ ਜਿਹੜਾ ਸਾਰਾ ਹੀ ਸਾਹਮਣੇ ਫੁਰ 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 ਕਰਦੀ ਗੱਲ ਤੇ ਬੜੀ 10-15 ਸਾਲ ਦੀ ਤੇ ਮੈਂ ਲੋਕਾਂ ਕੋਲ ਸੁਣਦਾ ਆਇਆ ਕਿ ਯਾਰ ਹੁਣ ਅਤੀ ਹੋ ਗਈ, ਹੁਣ ਇਹਨੂੰ ਬਦਲੋ, ਹੁਣ ਅਤੀ ਹੋ ਗਈ। ਹੁਣ ਉਹਨਾਂ ਨੇ ਜਦੋਂ ਬਿਲਕੁਲ ਹੀ ਅਤੀ ਦਾ ਮਤਲਬ ਉਹਨਾਂ ਦੇ ਨਾਲ ਜਦੋਂ ਇਹ ਧੱਕਾ ਹੋਣ ਲੱਗਾ ਕਿ ਜ਼ਮੀਨ ਧਰਤੀ ਹੇਠੋਂ ਉਹਨਾਂ ਦੇ ਪੈਰਾਂ ਹੇਠੋਂ ਖਿਸਕਣ ਲੱਗੀ ਹੈ, ਤਾਂ ਫਿਰ ਉਹਨਾਂ ਨੂੰ ਉਸ ਡਰ ਚੋਂ ਇੱਕ ਨਵੀਂ ਸ਼ਕਤੀ ਪੈਦਾ ਹੋਈ ਹੈ, ਇੱਕ ਨਵੀਂ ਸੋਚ ਵੀ ਪੈਦਾ ਹੋਈ ਹੈ ਹੰਨੇ ਬੰਨੇ ਵਾਲੀ। ਇਹ ਲੜਾਈ ਇਸੇ ਕਰਕੇ ਬੜੀ ਡਿਟਰਮਿੰਡ ਲੜਾਈ ਹੈ, ਬੜੀ ਡਿਸਾਈਸਿਵ ਲੜਾਈ ਹੈ, ਇਹ ਬੜੀ ਫੈਸਲਾਕੁਨ ਲੜਾਈ ਹੋਊਗੀ ਔਰ ਲੜ ਰਹੇ ਆ। ਜਦੋਂ ਪ੍ਰੋਫੈਸਰ ਸਾਹਿਬ ਇਨਵੈਸਟ ਪੰਜਾਬ ਦੀ ਗੱਲ ਹੁੰਦੀ ਹੈ, ਪੰਜਾਬ ਦੇ ਵਿੱਚ ਨਿਵੇਸ਼ ਦੀ ਗੱਲ ਹੁੰਦੀ ਹੈ, ਫਿਰ ਕਿਉਂ ਕਾਰਪੋਰੇਟਾਂ ਨੂੰ ਜੱਫੀਆਂ ਪਾਈਆਂ ਜਾਂਦੀਆਂ, ਇਹ ਵੀ ਥੋੜਾ ਕਲੀਅਰ ਕਰੋ ਮੈਨੂੰ। ਚਲੋ, ਇਹ ਤੇ ਨਹੀਂ ਮੈਂ ਬਹੁਤਾ ਕਹਿੰਦਾ ਕਿ ਕਿਉਂ ਜੱਫੀਆਂ ਪਾਈਆਂ ਜਾਂਦੀਆਂ। ਦੇਖੋ, ਪਬਲਿਕ ਸੈਕਟਰ ਨੂੰ ਤੇ ਵੇਚਣਾ ਲਾ ਤਾ, ਗੱਲ ਇਹ ਨਹੀਂ ਹੈਗੀ ਕਿ ਕਾਰਪੋਰੇਟਾਂ ਨੂੰ ਇਨਵਾਈਟ ਕਰਨਾ। ਉਹ ਤੇ ਸਾਰੇ ਕਹਿੰਦੇ ਕਿ ਮੇਰੇ ਆਏ, ਤੁਸੀਂ ਕਿੰਨੀਆਂ ਖੁੱਲਾਂ ਦਿੱਤੀਆਂ, 32-32 ਕਾਨੂੰਨ ਕਹਿੰਦਾ ਮੈਂ ਸਸਪੈਂਡ ਕਰਦਾ ਵਾਂ ਯੋਗੀ ਆਦਿੱਤਿਆਨਾਥ, ਉਹਨੇ ਸਭ ਤੋਂ ਵੱਧ ਜਿਹੜਾ ਲੇਬਰ ਕਾਨੂੰਨਾਂ ਦਾ ਜਾਂ ਲੇਬਰ ਦਾ ਦੁਰਦਸ਼ਾ ਵਾਲਾ ਹਾਲ ਕੀਤਾ ਉਹਨੇ ਕੀਤਾ ਆ। ਸਾਡੇ ਤੇ ਅਜੇ ਵੀ ਟ੍ਰੇਡ ਯੂਨੀਅਨਾਂ ਥੋੜੀਆਂ ਜਿਹੀਆਂ ਤਕੜੀਆਂ, ਸਾਡੇ ਵੀ ਜਿਹੜੇ ਆ ਕੈਪਟਨ ਅਮਰਿੰਦਰ ਸਿੰਘ ਬੰਬੇ ਜਾ ਕੇ ਮੀਟਿੰਗਾਂ ਕਰਦੇ ਆ, ਮਿੰਨਤਾਂ ਕਰਦੇ ਆ ਜੋ ਮੋਦੀ ਜੀ ਜਿਹੜੇ ਅਮੈਰੀਕਨ ਕਾਰਪੋਰੇਟ ਆ ਉਹਨਾਂ ਨੂੰ ਘੰਟਾ ਘੰਟਾ ਜਾਣੀ ਉਹਨਾਂ ਨੂੰ ਪਤਿਆਉਂਦੇ ਆ, ਸਲਾਹਾਂ ਦਿੰਦੇ ਆ, ਬੜੀਆਂ ਕੋਠੇ ਚੜ ਚੜ ਵਾਜਾਂ ਮਾਰਦੇ ਆ ਕਿ ਆ ਜਾਓ ਆ ਜਾਓ ਆ ਜਾਓ, ਮੈਂ ਰੈੱਡ ਕਾਰਪੇਟ ਤੁਹਾਨੂੰ ਕਰਦਾ, ਜੋ ਵੀ ਤੁਹਾਨੂੰ ਜਿੰਨੀਆਂ ਵੀ ਸਹੂਲਤਾਂ ਚਾਹੀਦੀਆਂ ਹਰ ਕਿਸਮ ਦੀਆਂ, ਜਿੰਨਾ ਲੁੱਟ ਸਕਦੇ ਆ ਕੇ ਲੁੱਟੋ। ਹੱਦ ਹੋ ਗਈ ਆ। ਅਸੀਂ ਇੱਕ ਈਸਟ ਇੰਡੀਆ ਕੰਪਨੀ ਇੱਥੇ ਵਾੜੀ ਸੀਗੀ ਤੇ ਉਹ 150 ਸਾਲ ਸਾਨੂੰ ਗੁਲਾਮ ਬਣਾ ਗਈ, ਹੁਣ ਤੁਹਾਨੂੰ ਫਿਰ ਇਹਨਾਂ ਦੇ ਦਿਮਾਗ 'ਚ ਕੀ ਆ? ਇਹਨਾਂ ਨੂੰ ਲੋਕਾਂ 'ਤੇ ਭਰੋਸਾ ਨਹੀਂ, ਲੋਕ ਸ਼ਕਤੀ 'ਤੇ ਭਰੋਸਾ ਨਹੀਂ, ਲੋਕਾਂ ਦੇ ਕੰਮ 'ਤੇ ਭਰੋਸਾ ਨਹੀਂ, ਲੋਕਾਂ ਨੂੰ ਜੋੜਨ ਵਿੱਚ ਭਰੋਸਾ ਨਹੀਂ, ਤੋੜਨ ਵਿੱਚ ਭਰੋਸਾ ਹੈਗਾ। ਉਹੀ ਕੋਸ਼ਾਂ ਆ ਤੇ ਇਸ ਕਰਕੇ ਲੋਕਾਂ ਨੂੰ ਦਬਾ ਕੇ, ਲੋਕਾਂ ਨੂੰ ਕਮਜ਼ੋਰ ਕਰਕੇ, ਲੋਕਾਂ ਨੂੰ ਵੰਡ ਕੇ, ਲੋਕਾਂ 'ਚ ਅਲੱਗ ਅਲੱਗ ਕਿਸਮ ਦੇ ਭਿੰਨ ਭੇਦ ਪਾ ਕੇ, ਲੜਾ ਕੇ, ਉਸ ਕਿਸਮ ਦਾ ਰਾਜ ਪੁੱਠੇ ਪਾਸੇ ਨੂੰ ਇਹ ਚੱਲ ਪਏ ਆ। ਉਹ ਸਾਰੇ ਦਾ ਸਾਰਾ ਇਹਨੂੰ ਕਿੱਦਾਂ ਦੇਖਦੇ ਹੋ ਕਿ ਬਿਆਨਬਾਜ਼ੀ ਜਿਹੜੀ ਹੈ ਉਹ ਕਿਸਾਨਾਂ ਨੂੰ ਸਮਝਾਉਣ ਦੀ ਥਾਂ ਤੇ ਉਕਸਾਉਣ ਵਾਲੀ ਹੈ? ਜਿਵੇਂ ਅੱਜ ਕਹਿ ਦਿੱਤਾ ਗਿਆ ਕਿ ਪਾਕਿਸਤਾਨ ਤੇ ਚੀਨ ਵੱਲੋਂ ਜਿਹੜਾ ਪ੍ਰਮੋਟਡ ਹੈ NPR, ਜਿਹੜਾ ਨੈਸ਼ਨਲ ਪੋਪੂਲੇਸ਼ਨ ਨੂੰ ਲੈ ਕੇ ਉਹਨੂੰ ਲੈ ਕੇ ਜਿਹੜਾ ਰੌਲਾ ਰੱਪਾ ਪਿਆ ਸੀਗਾ, ਕਹਿੰਦੇ ਉਹ ਵੀ ਪਾਕਿਸਤਾਨ ਤੇ ਚੀਨ ਦੀ ਦੇਣ ਸੀ, ਤਾਂ ਹੀ ਜਿਹੜਾ ਭਾਰਤ ਦੇ ਵਿੱਚ ਇਸ ਤਰ੍ਹਾਂ ਦੀ ਹਿੰਸਾਵਾਂ ਹੋਈਆਂ। ਇਹਨੂੰ ਕਿੱਦਾਂ ਦੇਖ ਦੋ, ਕਿਸਾਨ ਅੰਦੋਲਨ ਨੂੰ ਵੀ ਉਹਦੇ ਨਾਲ ਜੋੜ ਰਿਹਾ? ਤੁਸੀਂ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੀ ਗੱਲ ਕਰਦੇ ਆ ਜਿਹੜੀ, ਉਹਦੇ ਵਿੱਚ ਹਾਂ ਬਿਲਕੁਲ ਠੀਕ ਹੈ। ਦੇਖੋ, ਜਦੋਂ ਆਪਣੇ ਘਰ 'ਚ ਨਾ ਹੋਏ ਤਾਂ ਫਿਰ ਇਹ ਤਾਂ ਸਭ ਤੋਂ ਸੌਖਾ ਕੰਮ ਹੈ ਵੀ ਗੁਆਂਢੀਆਂ ਨੂੰ ਗਾਲਾਂ ਦੇਣ ਲੱਗ ਜਾਓ ਵੀ ਉਹਨੇ। ਮੈਂ ਤਾਂ ਬਹੁਤ ਸਿਆਣਾ ਸੀ, ਮੇਰੀ ਤੇ ਮੈਂ ਤਾਂ ਬਿਲਕੁਲ ਸਹੀ ਜਾ ਰਿਹਾ ਸੀ, ਗੁਆਂਢੀ ਠਿੱਬੀ ਮਾਰ ਗਿਆ, ਫਿਰ ਤੁਸੀਂ ਕਿਉਂ ਨਹੀਂ ਇੰਤਜ਼ਾਮ ਕੀਤਾ? ਤੁਹਾਨੂੰ ਆਪਣੇ ਘਰ 'ਚ, ਤੁਸੀਂ ਉੱਥੇ ਜੇ ਟਰੰਪ ਐਡੀ ਵੱਡੀ ਮੈਕਸੀਕੋ ਦੇ ਜਾਂ ਲੈਟਿਨ ਅਮੈਰੀਕਾ ਦੇ ਵਿਰੁੱਧ
ਵੱਡੀ ਕੰਧ ਕੱਢ ਸਕਦਾ, ਜੇ ਚੀਨ ਐਡੀ ਵੱਡੀ ਆਪਣੇ ਦੇਸ਼ ਨੂੰ ਬਚਾਉਣ ਲਈ ਕੰਧ ਕੱਢ ਸਕਦਾ ਤੇ ਤੁਸੀਂ ਵੀ ਕੰਧ ਕੱਢ ਲਓ ਬਈ। ਜੇ ਤੁਹਾਨੂੰ ਦੂਜਾ ਇੰਟਰਫੀਅਰ ਕਰਦਾ, ਕੰਧ ਦਾ ਮਤਲਬ ਇਹ ਨਹੀਂ ਹੁੰਦਾ ਕਿ ਕੰਧ ਸੱਚੀ ਮੁੱਚੀ ਕੱਢਣੀ, ਹਾਂ ਆਪਣੀ ਇੰਟੈਲੀਜੈਂਸ ਤਕੜੀ ਕਰਨੀ, ਉਹਨੂੰ ਵੀ ਕੰਧ ਹੀ ਕਹਿੰਦੇ ਆ, ਜਾਂ ਆਪਣੇ ਸਿਸਟਮ ਨੂੰ ਤਕੜਾ ਕਰਨਾ, ਆਪਣੇ ਡਿਫੈਂਸ ਨੂੰ ਤਕੜਾ ਕਰਨਾ, ਡਿਫੈਂਸ ਵੀ ਕੰਧ ਹੀ ਹੁੰਦੀ ਹੈ, ਕੰਧ ਵੀ ਡਿਫੈਂਸ ਲਈ ਕੀਤੀ ਜਾਂਦੀ ਹੈ। ਇਸ ਲਈ ਇਹ ਜਦੋਂ ਆਪ ਤੁਸੀਂ ਕਮਜ਼ੋਰ ਹੋ ਤਾਂ ਫਿਰ ਦੂਜਾ ਕਰ ਗਿਆ ਜੀ ਮੈਂ ਤੇ ਠੀਕ ਸੀ, ਇਹ ਹਮੇਸ਼ਾ ਇੰਜ ਹੀ ਹੁੰਦਾ ਕਿ ਮੈਂ ਜਿਵੇਂ ਨਿਆਣਾ ਨਲਾਇਕ ਜਿਹਾ ਹੋਵੇ, ਉਹ ਕਹਿੰਦਾ ਕਿ ਪਰਚਾ ਤੇ ਠੀਕ ਪਾਇਆ ਸੀ, ਸਮਝ ਨਹੀਂ ਆਈ, ਟੀਚਰ ਨੂੰ ਕੋਈ ਨਹੀਂ ਅਗਲੀ ਵਾਰੀ ਦੇਖਾਂਗੇ ਤਾਂ ਮੇਰੇ ਨੰਬਰ ਘੱਟ ਆ। ਇਹ ਉਲਟਾ ਮਤਲਬ ਜਿਹੜਾ ਚੱਲਣਾ ਨਾ ਉਸ ਕਿਸਮ ਦਾ ਹੈਗਾ, ਆਪਣੀ ਕਮਜ਼ੋਰੀ ਹੀ ਜ਼ਾਹਿਰ ਕਰਦਾ। ਜੇ ਤੁਹਾਡਾ ਆਪਣਾ ਘਰ ਤਕੜਾ ਹੋਵੇ, ਕੀ ਮਜ਼ਾ ਲਿਆ ਕਿ ਭਾਵੇਂ ਅਮਰੀਕਾ ਹੋਵੇ ਤੁਸੀਂ ਗੱਲ ਛੱਡੋ, ਤੇ ਕੋਈ ਕਿਸੇ ਦੇ ਘਰ ਚ ਕੇ ਅੱਗ ਨਹੀਂ ਲਾ ਸਕਦਾ ਜੇ ਤੁਸੀਂ ਆਪ ਸਿਆਣੇ ਹੋ। ਬਿਲਕੁਲ ਬਿਲਕੁਲ। ਇੱਕ ਹੋਰ ਦੱਸਿਓ ਕਿ ਬੀਜੇਪੀ ਨੂੰ ਜਿਹੜੀ ਇਹ ਗੱਲ ਸਮਝ ਨਹੀਂ ਆ ਰਹੀ, ਬੀਜੇਪੀ ਦੇ ਵਿੱਚ ਕਹਿੰਦੇ ਰਾਜਿਆਲ ਸਾਹਿਬ ਜਿਵੇਂ ਕਹਿ ਰਹੇ ਸੀ ਕਿ ਬਗਾਵਤ ਜਿਹੜੀ ਹੈ ਉਹ ਬੀਜੇਪੀ 'ਚ ਬੜੀ ਵੱਡੀ ਖੜੀ ਹੋਣ ਲੱਗੀ ਹੈ, ਬੜਾ ਵੱਡਾ ਖਾਮਿਆਜ਼ਾ ਭੁਗਤਣਾ ਪੈਣਾ ਬੀਜੇਪੀ ਨੂੰ। ਕੀ ਲੱਗਦਾ ਕਿ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਦੇ ਖਿਲਾਫ ਬੀਜੇਪੀ ਦੇ ਅੰਦਰ ਅੰਦਰ ਕੁਝ ਨਾ ਕੁਝ ਸੁਲਗ ਰਿਹਾ? ਦੇਖੋ ਜਿਸ ਦਿਨ ਇਹਨੂੰ ਹੀਰੋ ਬਣਾਉਂਦੇ ਸੀ ਨਾ ਤੇ ਰੋਟੀ ਨਹੀਂ ਸੀ ਖਾਂਦੇ, ਪਹਿਲਾਂ ਮੋਦੀ ਦਾ ਪਾਠ ਕੀਤਿਆਂ ਬਗੈਰ ਉਹਦੇ ਚਾਰ ਮਣਕੇ ਫੇਰਿਆ ਮਾਲਾ ਦੇ, ਮੋਦੀ ਮੋਦੀ ਮੋਦੀ। ਆ ਹੁਣ ਜਿਹੜਾ ਤੁਸੀਂ ਦੇਖਿਆ ਨੀ, ਮੈਨੂੰ ਟੀਵੀ ਬੰਦ ਕਰਨਾ ਪੈ ਗਿਆ, ਪਿਊਸ਼ ਗੋਇਲ ਨੇ ਤੁਸੀਂ ਜੇ ਉਹਨੂੰ ਗਿਣੋਗੇ ਜਿਹੜੀ ਕਿ ਉਹਨੇ 7-8 ਮਿੰਟ ਦੀ ਪ੍ਰੈਸ ਕਾਨਫਰੰਸ ਵਿੱਚ ਬੋਲਿਆ, ਇੰਨਾ ਕੀ ਤੋਮਰ ਬੋਲਿਆ ਐਗਰੀਕਲਚਰ ਮਿਨਿਸਟਰ, ਤਾਂ ਘੱਟੋ ਘੱਟ ਉਹਨੇ 50 ਵਾਰੀ ਮੋਦੀ ਮੋਦੀ ਕੀਤਾ ਹੋਣਾ। ਪਤਾ ਨੀ ਇਹਨਾਂ ਨੂੰ ਕੀ ਕੀ ਘੋਲ ਕੇ ਪਿਆਇਆ ਕਿ ਉਹਦਾ ਬਗੈਰ ਇਹਨਾਂ ਦਾ ਢਿੱਡ ਪੀੜ ਹੁੰਦੀ ਹੈ, ਜਦ ਤੱਕ ਇੰਨੀ ਵਾਰੀ ਨਾਲ ਨਾ ਉਹਦਾ ਨਾ ਲੈ ਲੈਣ। ਇਸ ਲਈ ਇਹ ਤੇ ਇੱਕ ਕਿਸਮ ਦੇ ਭਗਤ ਆ। ਅਸੀਂ ਕਹਿੰਦੇ ਸੀ ਕਿ ਇਹ ਕੰਮ ਮਤ ਕਰੋ ਮਤ ਕਰੋ, ਇੱਕ ਬੰਦੇ ਨੂੰ ਇੰਨਾ ਵੱਡਾ ਹੀਰੋ ਲਾਰਜਰ ਦੈਨ ਲਾਈਫ ਕਹਿੰਦੇ ਆ ਜਿਹਨੂੰ, ਕਿ ਤੁਸੀਂ ਨਾ ਬਣਾ ਦਿਓ ਕਿ ਇੱਕ ਬੰਦਾ ਤੇ ਦੇਵਤਾ, ਉਹ ਕਦੀ ਗਲਤ ਹੋ ਹੀ ਨਹੀਂ ਸਕਦਾ। ਤੇ ਜਿੱਦਣ ਉਹਨੇ ਗਲਤੀ ਕੀਤੀ, ਕਿਉਂਕਿ ਹੈ ਤੇ ਬੰਦਾ ਹੀ ਆ, ਕੋਈ ਦੇਵਤਾ ਤੇ ਹੈ ਨਹੀਂ ਨਾ ਰੱਬ ਆ, ਇਸ ਲਈ ਜਿੱਦਣ ਗਲਤੀ ਕੀਤੀ ਤੁਹਾਨੂੰ ਕਹਿਣਾ ਔਖਾ ਹੋ ਜੂ, ਉਹੀ ਹੁਣ ਉੱਥੇ ਫਸ ਗਏ ਆ, ਇਹਨਾਂ ਨੇ ਫਸਾ ਲਿਆ। ਵਿੱਚ ਬੀਜੇਪੀ ਦੇ ਕਈ ਸਪੋਕਸਮੈਨ ਕਹਿਣ ਲੱਗ ਗਏ, ਮੇਰੇ ਨਾਲ ਟੀਵੀਆਂ ਤੇ ਕਿਹਾ ਉਹਨਾਂ ਦੇ ਸਪੋਕਸਮੈਨ ਨੇ ਕਿ ਦੇਖੋ ਜੀ ਇਹਨਾਂ ਦੇ ਬਸ ਦੀ ਗੱਲ ਨਹੀਂ ਹੈ, ਜਿਹੜੇ ਤੋਮਰ ਤੇ ਪਿਊਸ਼ ਗੋਇਲ ਨੂੰ ਅੱਗੇ ਲਾਇਆ ਉਹਦੀ ਜਗ੍ਹਾ ਗਡਕੜੀ ਨੂੰ ਲਾਉਣ, ਰਾਜਨਾਥ ਸਿੰਘ ਨੂੰ ਲਾਉਣ। ਇਹਦਾ ਮਤਲਬ ਸਾਫ਼ ਸਾਫ਼ ਹੈ ਕਿ ਅੰਦਰ ਧੜੇਬੰਦੀ ਬਣ ਗਈ ਹੈ। ਇਸੇ ਤਰੀਕੇ ਨਾਲ ਲਕਸ਼ਮੀਕਾਂਤ ਚਾਵਲਾ ਦਾ ਇਹ ਬਿਆਨ ਆਉਣਾ ਕਿ ਕਿਸਾਨਾਂ ਨਾਲ ਧੱਕਾ ਨਾ ਕਰੋ, ਉਹਨਾਂ ਨੂੰ ਕਾਨੂੰਨਾਂ ਨੂੰ ਤੁਸੀਂ ਜੇ ਜਿਸ ਤਰੀਕੇ ਨਾਲ ਠੀਕ ਠਾਕ ਕਰੋ ਤਾਂ ਹੀ ਇਹ ਜਿਹੜੇ ਕਿਸਾਨ ਜਿਹੜੇ ਆ ਉਹ ਖੁਸ਼ ਹੋ ਸਕਦੇ ਆ। ਇਹਦਾ ਮਤਲਬ ਅੰਦਰੋਂ ਅੰਦਰੀ, ਹਾਲਾਂਕਿ ਉਹ ਤੁਹਾਨੂੰ ਪੱਕਾ RSS ਦੀ ਹੈਗੀ, RSS ਖੁਦ ਨਹੀਂ ਖੁਸ਼। ਤੇ ਇਹ ਗੱਲ ਰਾਜੇਵਾਲ ਜੀ ਦੀ ਠੀਕ ਹੈ ਕਿ ਅੰਦਰੋਂ ਅੰਦਰੀ ਕਾਫੀ ਤੂਫਾਨ ਉਹਨਾਂ ਦੇ ਵੀ ਖੜਾ, ਪਰ ਜੇ ਹੁਣ ਹੋਰ ਉੱਥੇ ਬੈਠੇ ਰਹੇ ਮੈਦਾਨ ਦੇ ਵਿੱਚ ਉਹ ਤੂਫਾਨ ਦਾ ਜਿਹੜਾ ਪਾੜਾ ਹੋਰ ਵਧੂਗਾ, ਕੋਈ ਨਾ ਕੋਈ ਹੱਲ ਤੇ ਕਰਨਾ ਪੈਣਾ। ਅਜੇ ਵੀ ਉਸੇ ਬੰਦੇ ਨੂੰ ਜਿਹਦੀ ਸਾਰਿਆਂ ਤੋਂ ਵੱਧ ਜ਼ਿੰਮੇਵਾਰੀ ਹੈ ਇਸ ਵੱਡੀ ਗਲਤੀ ਦੀ, ਉਹਨੂੰ ਇਹ ਅਜੇ ਵੀ ਡਿਫੈਂਡ ਕਰਨ ਲਈ ਲੱਗੇ ਹੋਇਆ। ਕਹਿੰਦੇ ਉਹ ਤੇ ਬਿਲਕੁਲ ਦੁੱਧ ਦਾ ਧੋਤਾ, ਜਮਨਾ ਗੰਗਾ 'ਚ ਨਹਾਇਆ ਹੋਇਆ, ਪਾਕ ਦਾਮਨ ਹੈਗਾ, ਅਸੀਂ ਗਲਤੀ ਕਰ ਸਕਦੇ, ਇਹੋ ਜਿਹੀਆਂ ਗੱਲਾਂ ਕਰਦੇ। ਜਦਕਿ ਅਸਲੀ ਜਦ ਤੱਕ ਚੋਰ ਦੀ ਮਾਂ ਨੂੰ ਫੜ ਕੇ ਤੁਸੀਂ ਉਹਨੂੰ ਨਹੀਂ ਮਨਾਉਂਦੇ ਤੇ ਜਦ ਤੱਕ ਚੋਰੀਆਂ ਜਿਹੜੀਆਂ ਬੰਦ ਨਹੀਂ ਹੋ ਸਕਦੀਆਂ। ਜੀ ਪ੍ਰੋਫੈਸਰ ਸਾਹਿਬ, ਇੱਕ ਹੋਰ ਗੱਲ ਹੈ, ਇੱਕ ਜਿਹੜਾ ਹੁਣ ਕਿਹਾ ਕਿ ਜੀਓ ਸਿਮਸ ਜਿਹੜੇ ਨੇ ਉਹਨਾਂ ਦਾ ਬਾਈਕਾਟ ਕਰੋ, ਇਹਨੂੰ ਕਿੱਦਾਂ ਦੇਖਦੇ ਹੋ? ਉਹੀ ਜੀਓ ਸਿਮ ਜਿਹੜੇ ਸਾਡੇ ਵਿਚਾਲੇ ਲਿਆ ਕੇ ਸਾਨੂੰ ਦੇ ਦਿੱਤੇ ਗਏ ਫ੍ਰੀ ਦੇ ਵਿੱਚ, ਫ੍ਰੀ 'ਚ ਡਾਟਾ ਦਿੱਤਾ ਗਿਆ, ਜਦੋਂ ਹੱਡਾਂ ਵਿੱਚ ਰਚ ਗਏ ਤਾਂ ਹੁਣ ਥੋੜ੍ਹੀ ਥੋੜ੍ਹੀ ਸਮਝ ਆ ਰਹੀ ਹੈ ਕਿ ਉਹ ਸਾਰਾ ਕੁਝ ਜਿਹੜਾ ਕਾਰਪੋਰੇਟ ਪੈਰ ਪਸਾਰ ਰਿਹਾ ਸੀ ਸਾਡੇ ਘਰਾਂ ਤੱਕ ਪਹੁੰਚਿਆ ਸੀ ਤੇ ਹੁਣ ਅਸੀਂ ਉਹਨੂੰ ਬਾਹਰ ਕੱਢਣ ਦੀ ਗੱਲ ਕਰਦੇ ਹਾਂ। ਗੱਲ ਸੁਣੋ ਸੁਖਵਿੰਦਰ, ਜੇ ਐਡੇ ਹਾਰਡਕੋਰ ਨਸ਼ੇ ਸਾਡੇ ਨੌਜਵਾਨਾਂ ਨੇ ਛੱਡਣ ਦਾ ਫੈਸਲਾ ਕਰ ਲਿਆ ਕਿ ਅਸੀਂ ਪੰਜਾਬ ਨੂੰ ਬਚਾਉਣਾ, ਆਪਣੀ ਜਵਾਨੀ ਨੂੰ ਬਚਾਉਣਾ, ਅਸੀਂ ਇਸ ਦੇਸ਼ ਦੇ ਭਵਿੱਖ ਨੂੰ ਬਚਾਉਣਾ, ਤੇ ਲਲਕਾਰੀਆਂ ਮਾਰਦੇ ਸਾਰੇ ਬੈਰੀਅਰ ਤੋੜਦੇ ਦਿੱਲੀ ਦੇ ਬਾਰਡਰ ਤੇ ਬੈਠੇ ਆ ਬੜੇ ਡਿਸਿਪਲਨ ਢੰਗ ਦੇ ਨਾਲ। ਇਹ ਜੀਓ ਜੀਓ ਦਾ ਜਿਹੜਾ ਫੋਨਾਂ ਦਾ ਨਸ਼ਾ ਤੇ ਕੱਖ ਵੀ ਨਹੀਂ ਉਹਨਾਂ ਦੇ ਮੁਕਾਬਲੇ, ਚੱਕ ਕੇ ਉਹ ਮਾਰਨਗੇ। ਦੇਖੋ ਸਭ ਤੋਂ ਵੱਡੀ ਇਸ ਮੂਵਮੈਂਟ ਦੀ ਰੈਡੀਕਲ ਜਿਹੜੀ ਬੜੀ ਇਨਕਲਾਬੀ ਦੇਣ, ਮੈਂ ਇਹੋ ਹੀ ਕਹਿੰਦਾ ਕਿ ਉਹ ਚੋਰ ਨੂੰ ਨਹੀਂ ਇਕੱਲੇ ਨੂੰ ਫੜ ਰਹੇ, ਮੋਦੀ ਜੀ ਜਾਂ ਇਹਨਾਂ ਦੀ ਨਹੀਂ ਗੱਲ ਕਰ ਰਹੇ, ਚੋਰ ਦੀ ਮਾਂ ਜਿਹੜੀ ਪਿੱਛੇ ਬੈਠੇ ਅਦਾਨੀ ਅੰਬਾਨੀ ਜਿਸ ਤਰ੍ਹਾਂ ਮੈਂ ਕਹਿਣਾ ਚਾਹੁੰਦਾ ਸੀ, ਉਹਨੂੰ ਵੀ ਹੱਥ ਪਾ ਰਹੇ ਆ। ਤੁਸੀਂ ਦੇਖੋ ਜਿਹੜੇ ਸੈਂਟਰ ਦੇ ਮਹਿਕਮੇ ਆ, ਜਿਹੜੇ ਟੋਲ ਪਲਾਜ਼ਾ ਸੈਂਟਰ ਦੇ ਜਿਹੜੇ, ਉਹਨਾਂ ਨੂੰ ਹੱਥ ਪਾਇਆ, ਬਾਕੀ ਸਟੇਟ ਵਾਲੇ ਵੀ ਰਗੜੇ ਜਾਣਗੇ, ਹੋਰ ਵੀ ਰਗੜੇ ਜਾਣਗੇ, ਉਹ ਤਾਂ ਹੁੰਦਾ ਹੀ ਆਟੇ ਨਾਲ ਪਰੇਥਣ ਲੱਗੇ ਜਾਂਦਾ। ਨਾਲ ਹੀ ਉਹਨਾਂ ਨੇ ਰਿਲਾਇੰਸ ਵਾਲਿਆਂ ਦੇ ਪੰਪ ਬੰਦ ਕੀਤੇ ਆ, ਉਹਨਾਂ ਦੇ ਸ਼ਾਪਿੰਗ ਮਾਲਸ ਬੰਦ ਕੀਤੇ ਆ, ਅਦਾਨੀ ਦੇ ਜਿਹੜੇ ਇੱਥੇ ਸਟੋਰ ਆ, ਗੋਡਾਊਨ ਆ, ਸਾਈਲੋਜ਼ ਵਗੈਰਾ ਵਗੈਰਾ ਮੋਗੇ ਲਾਗੇ, ਉਹਨਾਂ ਨੂੰ ਘੇਰਿਆ ਹੋਇਆ, ਹੋਰ ਵੀ ਗਾਂ ਬਣ ਨਹੀਂ ਦੇਣਗੇ, 100 ਏਕੜ ਜ਼ਮੀਨ ਮੈਨੂੰ ਪਤਾ ਲੱਗਾ ਹੋਰ ਵੀ ਦਿੱਤੀ ਹੋਈ ਹੈ, ਉਹ ਤੇ ਭੁੱਲ ਜਾਣ। ਇਹਦਾ ਨੁਕਸਾਨ ਇੱਕ ਸਾਨੂੰ ਜ਼ਰੂਰ ਲੌਂਗ ਰਨ 'ਚ ਹੋ ਸਕਦਾ ਕਿ ਜਿਸ ਕਿਸਮ ਦੇ ਸਾਡੇ ਬੰਦੇ
इनकलाबी काम कर रहे हैं। कल नू कारपोरेट 100 बारी सोचो, एक वैसे ही बार्डर स्टेट आ, एक उन्होंने ये लगेगा कि इन्हों का कोई पता नहीं है भूंड कदों चंबड़ जाएंगे। अज कह रहे तोमर कि असं शहद दियां मक्खियां पालन लई दिते, मैं क्या भी भूंडा का इलाज नहीं है शहद दियां मक्खियां, वो उन्होंने भी डंग उड्डे ही तेज आ, इस करके शहद दियां मक्खियां पालन लई असं कह रहे हैं। किहो जिहियां गल्लां मारते फिरदे, विआह च बी दा लेखा तुसीं वो गल करो जिहड़ी बिल्कुल उन्होंने दिल च वसी है। होया सुखविंदर ये सारी गल, तुसीं ते अलग अलग क्वेश्चन जरूर ये तैयार किए होने कि जिहड़े तां कि सारा कवर हो जाए, पर मुख तौर पर गल यही है कि ये जिहड़े बंदे है इन्हां दी वेले सिर हुण चोरी फड़ी गई है, किसानां नूं पता लग गया, उस नूं तुसीं दाएं बाएं जिन्ना करोगे वो मसला होर बिखड़ जाऊगा। हाल की घड़ी अज की तरीक दे विच भी यही इहदा हाल आ कि वह कानून वापस ले लैण, कुछ नहीं हुंदा दुबारा ले आउण, उहदे च कीड़ी गल आ। इसलिए उधर नूं जद तक नहीं चलदे ते जो तण गई आ आमणे सामणे, इहदे कई वारी बहुत भयानक राजनीतिक सिट्टे भी निकल सकदे। हां सुखविंदर जी बिल्कुल शुक्रिया प्रोफेसर मनजीत सिंह जी सानू समा देने दे लई, बहुत बहुत शुक्रिया ताड़ा ताड़े टीवी दा। सो साडे नाल मौजूद सन उगे सियासी मार प्रोफेसर मनजीत सिंह जी, इन्होंने जिवें साफ तौर ते कहा कि चोर नू फड़ो ते चोर दी मां नू भी फड़ो, सरकार उत्ते सवाल लगातार उठ रहे ने, सरकार मनदी क्यों नहीं, खेती कानून रद्द कर देने चाहिए ने, दो टुक गल है यस और नो दे विच जवाब मंगया जा रहा, सरकार अपनी मंग ते सरकार अपनी जिद ते लगातार अड़ी हुई है, किसानों कह दिता जाता है कि मुछ दी सवाल लेके बैठे ने, पर सरकार ने यह सवाल सरकार ने खड़ा किया। सो सरकार नू इहदा हल इको तरीके नाल लभना पैणा, वह तरीका है कि यस असी खेती कानून रद्द कर दे। तुहाडा इस बारे की कहना, अपने विचार कमेंट जरूर करो, लोकरण चैनल पंजाबी नू सबसक्राइब करो, धन्यवाद।